Assalamualaikum दोस्तों सियालकोट न्यूज़ की तरफों मैं हसाम खान प्रोग्राम छेड़छाड़ विच तुहानू सारे दोस्तों नूं खुश आमदीद कहने आ आओ अज दी छेड़छाड़ शुरू करिए भजन की हाल है अल्लाह दा करम है जनाब तुसीं सुनाओ की कर रहे हो मैं भन साइकिल चलाण डे आज हां जी तुहाडे वल वेख रहे आ नहीं नहीं मैं साइकिल चलाण डे अल्लाह तुहाडे कोल खलोता भन बड़े परेशान ने इहनां दा स्कूटर गवाचा जे ते लभणा की जे ਇੱਕ ਤੇ ਨਹਿਰ ਚ ਜਾਣ ਉੱਥੇ ਛਾਲ ਮਾਰਨ ਜੀ ਉਹ ਲੱਭ ਗਿਆ ਠੀਕ ਨਾ ਲੱਭਾ ਤੇ ਵੀ ਲੱਗੋਏ ਭਾ ਨਹੀਂ ਵੈਸਪੇ ਵਾਂਗੂ ਤੇ ਆਪ ਅਜੇ ਤੇ ਕੀ ਕਰ ਰਹੇ ਹੋ ਮੈਂ ਦਵਾਈ ਲੈਣ ਆਇਆ ਥੋਇਆ ਦਵਾਈ ਵਾਲਾ ਤੁਹਾਡਾ ਮਜ਼ਾਜ ਦਾ ਹੀ ਭੁੰਡੀ ਵਾਲਾ ਤੇ ਭੁੰਡੀ ਤੁਸੀਂ ਲਾਣਾ ਇਹਦੇ ਅਸੀਂ ਕਾਹਦੀ ਭੁੰਡੀ ਲਾਇਆ ਭੁੰਡੀ ਤੁਸੀਂ ਲਾਣਾ ਇਹਦੇ ਹੋ ਸਾਨੂੰ ਤਾਂ ਭੁੰਡ ਵੀ ਨਹੀਂ ਲੱਭਦਾ ਨਹੀਂ ਸਾਨੂੰ ਤਾਂ ਭੁੰਡੀ ਤੁਸੀਂ ਲਾਣਾ ਇਹਦੇ ਜਿਹਨੂੰ ਮਾਰੀ ਮਾਰੀ ਖਿਲਾ ਲੈਂਦੇ ਹੋ ਅਸੀਂ ਤਾਂ ਦਿਲ ਪਿਛੋਰੀ ਕਰ ਰਹੇ ਹਾਂ ਚਾਚਾ ਜੀ ਅਸੀਂ ਆਪੀ ਦਿਲ ਪਿਛੋਰੀ ਕਰਨੇ ਬੁੱਢੇ ਬਾਰੇ ਕੀ ਕਰਨਾ ਹੁੰਦਾ ਸਭ ਕੋ ਬੁੱਢੇ ਬਾਰੇ ਹੁੰਦਾ ਦਿਲ ਤੇ ਨਹੀਂ ਬੁੱਢਾ ਹੁੰਦਾ ਘਰੋਂ ਧੱਕੇ ਵੱਜਦੇ ਨੇ ਬੁੱਢੇ ਬਾਰੇ ਕੰਮ ਚਾਲੂ ਹੁੰਦੇ ਆ ਹੈ ਵੀ ਬੁੱਢੇ ਬਾਰੇ ਇਹ ਜੀ ਆਪਾਂ ਰਿਸਕ ਤੁਸੀਂ ਝਾੜਨਾ ਹੈ ਦਿਓ ਚਾਚਾ ਜੀ ਬੁੱਢੇ ਕੋਈ ਨਹੀਂ ਬੁੱਢੇ ਬਾਰੇ ਤੇ ਧੱਕੇ ਵੱਜਦੇ ਨੇ ਇਹ ਤੇ ਆਪਾਂ ਰਿਸਕ ਤੁਸੀਂ ਝਾੜਨਾ ਹੈ ਦਿਓ ਉਹ ਕਿਹੜਾ ਜਾਨਵਰ ਜਿੰਦੀ ਪੰਜ ਅੱਖਾਂ ਨੇ ਕੋਈ ਵੀ ਨਹੀਂ ਹੈਗਾ ਹਾਂਜੀ ਇਹ ਨਾ ਨਾ ਹੈ ਕਿ ਤੁਸੀਂ ਇਹਦੇ ਨੂੰ ਕਹਿ ਛੋ ਕੋਈ ਜਾਨਵਰ ਐ ਸਰ ਜਿਹਦੀਆਂ ਪੰਜ ਅੱਖਾਂ ਹੋਣ ਅੱਛਾ ਹਾਂਜੀ ਇੱਕ ਹੈ ਪੰਜ ਲੱਤਾਂ ਹੋ ਸਕਦੀਆਂ ਨੇ ਨਹੀਂ ਇੱਕ 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 ਹੈ ਜੀ ਹਾਂਜੀ ਉਹ ਕਿਹੜਾ ਤੁਸੀਂ ਦੱਸੋ ਅਸੀਂ ਅਜੇ ਤੱਕ ਵੇਖਿਆ ਹੀ ਨਹੀਂ ਹੁਣ ਹੁਣ ਇਹ ਵਹਾਅ ਦੇ ਉੱਤੇ ਖਲੋਤੇ ਆਂ ਅੱਛਾ ਜੀ ਇਹ ਕਿਹੜੇ ਕਿਹੜੇ ਚਲਾਣਾ ਵਾਓ ਵਾਓ ਤੁਸੀਂ ਦੱਸੋ ਵਹਾਅ ਦੇ ਅਸੀਂ ਅਜੇ ਤੱਕ ਵੇਖਿਆ ਨਹੀਂ ਪੰਜਾਂ ਅੱਖਾਂ ਵਾਲਾ ਕਿਉਂ ਜੀ ਚਾਚਾ ਜੀ ਕੋਈ ਹੈ ਤੇ ਪੁੱਛਣ ਦੇ ਹੈ ਤੇ ਪੁੱਛਣ ਦੇ ਨਹੀਂ ਪੰਜਾਂ ਅੱਖਾਂ ਵਾਲਾ ਜਾਨਵਰ ਹੈ ਕਿ ਕੋਈ ਨਹੀਂ ਭਾਈ ਭੈਣ ਮੈਂ ਤੁਹਾਨੂੰ ਸਾਬਤ ਕਰਾਵਾਂਗਾ ਜਾਂ ਤੁਸੀਂ ਕਰਾ ਦਿਓ ਹਜ਼ਾਰ ਲੈ ਲਓ ਜਾਂ ਤੁਸੀਂ ਮੈਨੂੰ ਹਜ਼ਾਰ ਦੇਣਾ ਤੁਸੀਂ ਕਹਿੰਦੇ ਹੈ ਨਹੀਂ ਮੈਨੂੰ ਹੈ ਵੀ ਜੇ ਕਿਤੇ ਕੀ ਲੋਕ ਕਰਨ ਲੱਗੇ ਚੱਲੀ ਲੈ ਯਾਰ ਤੁਹਾਡੀ ਸਿਹਤ ਹੈ ਛੱਲੀ ਖਾਣ ਵਾਲੀ ਹਾਂਜੀ ਬੰਦਾ ਪੰਦਿਆ ਜਦੋਂ ਛੱਲੀ ਖਾਦੀ ਤਾਂ ਛੱਲੀ ਕਿੱਧਰ ਜਾਏਗੀ ਪੇੜ ਮੈਂ ਜਾਏਗੀ ਛੱਲੀ ਹੋਰ ਕੰਮ ਪੇ ਜਾਏਗੀ ਪੇੜ ਤੇ ਲੱਗਦਾ ਬੰਦਿਆ ਹੈ ਜੀ ਮੇਰਾ ਤੂੰ ਉਹ ਕਿਹੜੀ ਚੀਜ਼ ਹੈ ਹਾਂਜੀ ਕਿਹੜੀ ਚੀਜ਼ ਹੈ ਕਿਹੜੀ ਹੈ ਕਿਹੜੀ ਹੈ ਚੀਜ਼ ਪੁੱਛੋ ਤਾਂ ਸਹੀ ਭਾਈ ਉਹ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਹੈ ਉਹ ਕਿਹੜੀ ਚੀਜ਼ ਹੈ ਕਿਹੜੀ ਦੱਸੋ ਸਹੀ ਨਾ ਪੜਿਆ ਲਿਆ ਬੱਚਾ ਤੇ ਸਵਾਲ ਦਾ ਜਵਾਬ ਨਹੀਂ ਆਦਾ ਉਹ ਕਿਹੜੀ ਚੀਜ਼ ਹੈ ਛੱਲੀ ਹੈਗੀ ਉਹ ਭਰਾਵਾ ਉਹ ਤਾਂ ਮੈਨੂੰ ਵੀ ਨਜ਼ਰ ਆਉਣ ਡਿਆ ਛੱਲੀ ਉਹ ਚੀਜ਼ ਕਿਹੜੀ ਹੈ ਕਿਹੜੀ ਚੀਜ਼ ਹੈ ਅੱਛਾ ਯਾਰ ਬੰਦਾ ਤੂੰ ਠੀਕ ਝਟਕਾ ਜਿਹਾ ਲੱਗਣਾ ਕਿ ਸਵਾਲ ਦਾ ਜਵਾਬ ਦੇ ਕਿਹੜਾ ਜਾਨਵਰ ਹੈ ਜਿਹਦੀਆਂ ਪੰਜ ਅੱਖਾਂ ਹੁੰਦੀਆਂ ਨੇ ਤੇਰੀਆਂ ਕਿੰਨੀਆਂ ਨੇ ਸਾਡੀਆਂ ਦੋ ਕਈ ਤਾਂ ਬੰਦਿਆਂ ਦੇ ਨੇ ਤੁਹਾਡੀਆਂ ਚਾਰ ਚਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਦਬਲਾ ਪੁੱਠਾ ਬੇਹ ਹੁੰਦਾ ਹੋਰ ਟਰੱਕ ਵੇਟਰ ਟਰੱਕ ਗੰਨੇ ਵਾਲੇ ਨਾਲ ਵੱਜੇ ਆ ਹੋਰ ਭਾਰਾ ਮੂੰਹ ਉਦੋਂ ਬੰਦ ਜੇ ਰਕਸ਼ੇ ਸਵਾਰੀ ਨਾ ਪਵੇ ਇੰਜ ਦਾ ਉਹ ਸਵਾਰੀ ਨਹੀਂ ਬਹਿਣ ਦੀ ਹੋਰ ਭਾਵ ਤੂੰ ਵੀ ਐਨਕਰ ਛੱਡ ਕੇ ਨਾ ਰਕਸ਼ਾ ਹੀ ਥਾੜਨਾ ਚਲਾ ਹੋਰ ਲੱਗਦਾ ਤੂੰ ਵੀ ਰਕਸ਼ੇ ਵਾਲਾ ਐਂਕਰ ਉਂਕਰ ਨਹੀਂ ਲੱਗਦਾ ਹੋਰ ਭਾਈ ਬਿਲਕੁਲ ਦੇਖਦੇ ਆ ਕੀ ਦਿੰਦੇ ਹੋ ਭਾਈ ਤੁਹਾਡਾ ਜਿਹੜਾ ਨਾ ਚਿਹਰਾ ਠੀਕ ਹੈ ਪੂਰੇ ਟੀਵੀ ਦੇ ਖਿਲਰਿਆ ਹੁੰਦਾ जवाब दे ठंडे करके दे यार ਉਹ ਤਾਂ ਮੈਨੂੰ ਵੀ ਪਤਾ ਮੇਰੇ ਨਾਲ ਫਿਰਨ ਡਿਆ ਉਹ ਕਿਹੜੀ ਚੀਜ਼ ਉਹਦੇ ਪਿੱਛੇ ਇਹ ਭਾਅ ਉਹਨਾਂ ਦਾ ਗੁੱਸਾ ਨਾ ਕਰੇ ਠੀਕ ਹੋ ਗਿਆ ਇਹ ਘਰੋਂ ਲੜ ਕੇ ਆਏ ਦਾਤਨ ਕੀਤਾ ਅੱਜ ਹਾਂਜੀ ਭਾਈ ਤਾਂ ਹੀ ਖੁੱਲ ਕੇ ਹੱਸਦੇ ਹਾਂਜੀ ਭਾਈ ਉਹ ਦੰਦ ਵੀ ਤੇਜ਼ ਕਰਨੇ ਚਾਹੀਦੇ ਨਾ ਮਸਲਾ ਨਾ ਹਾਂਜੀ ਮਾਰ ਮਾਰ ਦੇ ਨਾ ਹਾਂਜੀ ਜ਼ੀਰੋ ਲੱਗਦੇ ਕੋਈ ਹੋ ਜਿਆ ਬੰਦਾ ਆ ਜਾਂਦਾ ਜਿਵੇਂ ਚੱਕੀਆਂ ਵੱਡੀਆਂ ਪੱਜੀ ਵੱਡੀ ਓਏ ਇੱਕ ਗੱਲ ਦੱਸਿਓ ਸਹੀ ਉਹ ਕਹਿੰਦੇ ਨਾ ਗੁੱਸਾ ਨਹੀਂ ਕਰਨਾ ਨਹੀਂ ਕਰਦੇ ਓਏ ਐਂ ਜਿਹੜਾ ਬੰਦਾ ਸਲਾਮ ਵੀ ਜਾਇਦਾ ਹੋਵੇ ਕਿਉਂ ਇਹ ਕਿੱਥੇ ਆ ਜਾਂਦਾ ਕੀ ਆ ਹਫਤੇ ਚ ਕਿੰਨੇ ਦਿਨ ਹੁੰਦੇ ਨੇ ਸੱਤ ਉਹਦਾ ਤਾਲੂ ਮਾਰ ਗਈ ਵਾਹ ਜੀ
ਉਹਨੂੰ ਪਸਲ ਕਰ ਚੜਿਆ ਉਹਨੂੰ ਵਾਕਈ ਨਹੀਂ ਯਕੀਨ ਹੋਣ ਡਿਆ ਕਿ ਹਫਤੇ ਚ ਸਾਥੀ ਹੁੰਦੇ ਕਿੰਨੇ ਮਹੀਨੇ ਨੇ ਦੇਣ ਤਾਂ ਇੱਕ ਹਫਤੇ ਦਾ ਦੇਣ ਇੱਕ ਦਿਨ ਹੁੰਦੇ ਕਿ ਨਹੀਂ ਦਿਨ ਦੀ ਟੋਟਲ ਸੱਤ ਹੁੰਦੇ ਕਿੰਨ ਗੇਨ ਲੈ ਹੱਥਾਂ ਤੇ ਗੇਨ ਹਫਤਾ ਤਵਾਰ ਸਵਾਰ ਮੰਗਲ ਬੁੱਧ ਜੁਮੇਰਾ ਜੁਮਾ ਹਫਤਾ ਸੱਤ ਅੱਠ ਹੋ ਗਏ ਹਫਤੇ ਦਾ ਨਹੀਂ ਉਹਨਾਂ ਪਾਣਾ ਵਿੱਚ ਹਫਤਾ ਗੇਨ ਨਹੀਂ ਲਿਆ ਜਾ ਜਾ ਕੇ ਨਾ ਤੇਰਾ ਦਿਮਾਗ ਸਹੀ ਉਹ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਦੱਸੋਗੇ ਤੇ ਉਹ ਕਿਹੜੀ ਹੋਗੀ ਇੱਥੇ ਤਾਂ ਬੜੀਆਂ ਚੀਜ਼ਾਂ ਨੇ ਮੈਂ ਉਹ ਵਾਲੀ ਪੁੱਛਣ ਭਾਰ ਆ ਪਿੱਛੇ ਭਾਰ ਹੈ ਖੱਚਰ ਹੈ ਹਾਂ ਕਿੱਥੇ ਉਹ ਭਾਈ ਨਹੀਂ ਯਾਰ ਪਤਾ ਤੈਨੂੰ ਸ਼ੀਸ਼ਾ ਸ਼ੀਸ਼ੇ 'ਚ ਆਪਣਾ ਮੂੰਹ ਵੇਖ ਲਈ ਨਹੀਂ ਤੇ ਫਿਰ ਤੂੰ ਕਿਉਂ ਕਿਆ ਕੱਚਰ ਤੁਹਾਡਾ ਵੇਖ ਲੈ ਜਾਨਵਰ ਜਿਹਦੀਆਂ ਪੰਜ ਅੱਖਾਂ ਹੁੰਦੀਆਂ ਬਈ ਮੈਂ ਨਹੀਂ ਦੇਖਿਆ ਜਾਨਵਰ ਕਦੀ ਨਹੀਂ ਜ਼ਿੰਦਗੀ 'ਚ ਉਹਨੇ ਟਕਰਾਅ ਹੋਇਆ ਮੈਨੂੰ ਤੇ ਆਉਂਦਾ ਰੁਪਿਆ ਨਾਮ ਰੱਖਿਆ ਦੱਸੋ ਕਿਹੜਾ ਤੁਸੀਂ ਬੇਟਾ ਮੈਂ ਨਾ ਸਾਡੀ ਇੱਥੇ ਅਜੀਜ਼ਦਾਰੀ ਇੱਕ ਹੋਈ ਜੀ ਤਾਂ ਫੌਤ ਵੀ ਹੋ ਗਈ ਅਤੇ ਉੱਥੇ ਫਾਜ਼ਾ ਪੜ ਗਿਆ ਗੱਡੀ ਪੈਂਚਰ ਹੋ ਗਈ ਗੱਡੀ ਪੈਂਚਰ ਹੋ ਗਈ ਕੋਈ ਗੱਲ ਨਹੀਂ ਜਿੱਧਰ ਸੜਕ 'ਤੇ ਗੱਡੀਆਂ ਪੈਂਚਰ ਹੋ ਜਾਂਦੀਆਂ ਸ਼ੁਕਰ ਕਰੋ ਗੱਡੀ ਪੈਂਚਰ ਹੋਈ ਅਲਹਮਦੁਲਿਲਾ ਵੀ ਪੈਂਚਰ ਹੋਏ ਹਫ਼ਤੇ 'ਚ ਕਿੰਨੇ ਦਿਨ ਹੁੰਦੇ ਨੇ ਇਹ ਦੇਖੋ ਮਾਮੂਲੀ ਸਵਾਲ ਦੱਸੋ ਕਿੰਨੇ ਦਿਨ ਸੱਤ ਦਿਨ ਹੁੰਦੇ ਚੇਂਜ ਜਿਣ ਲਵੋ ਹਾਂ ਸਵਾਲ ਮੰਗਲ ਬੋਲ ਜੁਮਰਾ ਜੁਮਾ ਹਫ਼ਤਾ ਅੱਛਾ ਜੀ ਹਫ਼ਤੇ 'ਚ ਪੁੱਛਣ ਨੇ ਹਫ਼ਤਾ ਕਿਨਵਾਂਦੇ ਨੇ ਵੀਕ ਵੀਕ ਹਫ਼ਤਾ ਹੁੰਦਾ ਹਫ਼ਤੇ ਨੂੰ ਕਿੰਨੇ ਉਹਨੂੰ ਜਾਂਦੇ ਨੇ ਵੀਕ ਵੀਕਐਂਡ ਸੱਤ ਦਿਨ ਹੁੰਦੇ ਇੰਜ ਨਾ ਕਰੋ ਹਾਂਜੀ ਸਹੀ ਜਵਾਬ ਉਹਦੀ ਥੋੜ੍ਹੀ ਜਿਹੀ ਟ੍ਰੇਨ ਕਰੋ ਅਤੇ ਤੁਹਾਨੂੰ ਸਵਾਲ ਦਾ ਜਵਾਬ ਮਿਲੇਗਾ ਸਿਆਲਕੋਟ ਨਿਊਜ਼ ਡਾਟ ਟੀਵੀ ਹਫ਼ਤੇ ਮੈਂ ਸੱਤ ਦਿਨ ਹੋਤੇ ਕਿਆ ਹਫ਼ਤੇ ਮੈਂ ਸੱਤ ਦਿਨ ਹੋਤੇ ਕੈਸੇ ਭਾਈ ਕੈਸੇ ਹਫ਼ ਬਲਕਿ ਅੱਛਾ ਹਫ਼ਤੇ ਕੇ ਅੰਦਰ ਇੱਕ ਦਿਨ ਕੈਸੇ ਹਫ਼ਤਾ ਇੱਕ ਅਕੇਲਾ ਦਿਨ ਹਫ਼ਤਾ ਯਾਰ ਕੈਸੇ ਕਿਆ ਪਤਾ ਨਹੀਂ ਮੇਰਾ ਦਿਮਾਗ ਇਸ ਟਾਈਮ ਚੱਲ ਨਹੀਂ ਰਿਹਾ ਕਿਆ ਆਪਕਾ ਦਿਮਾਗ ਕਹਾਂ ਹੈ ਮੇਰਾ ਦਿਮਾਗ ਪਤਾ ਨਹੀਂ ਜੇ ਟੋਪੀ ਉਤਾਰ ਕੇ ਦੇਖੋ ਦਿਮਾਗ ਕਹਾਂ ਅੰਦਰ ਹੀ ਹੈ ਕਿ ਬਾਹਰ ਹੈ ਉਹ ਅੰਦਰ ਦੇਖੂੰਗਾ ਘਰ ਜਾ ਖੋਲ ਤਾਂ ਚੈੱਕ ਕਰਤਾ ਜਾ ਘਰ ਕੰਪਿਊਟਰ ਰੱਖਾ ਹੋਗਾ ਦਿਮਾਗ ਚੈੱਕ ਕਰ ਨਹੀਂ ਪੇਚਕਸ ਰੱਖਾ ਹੋਗਾ ਪੇਚਕਸ ਕੇ ਸਾਥ ਵੈਰੀ ਗੁੱਡ ਟ੍ਰੇਨਿੰਗ ਕਰਨਾ ਅੱਛੇ ਤਰੀਕੇ ਹਾਂ ਟ੍ਰੇਨਿੰਗ ਹੈ ਬਾਹਰ ਮੂੰਹ ਨਹੀਂ ਵੇਂਦਾ ਜਿਵੇਂ ਲਦਾਈ ਉੱਕਾ ਹੀ ਸੜ ਗਈ ਭਾਈ ਮੈਨੂੰ ਨਹੀਂ ਯਾਦ ਮੈਨੂੰ ਇੰਨੀਆਂ ਕੀ ਆਉਂਦੀ ਨਾ ਹੱਥ 'ਚ ਇੰਝ ਪਕਾਰ ਕੇ ਨਾ ਜੈਕਟ ਇੰਨੇ ਕਿਉਂ ਕਰਨਾ ਚਲੀਏ ਘਟਾ ਕਿਹੜਾ ਜਾਨਵਰ ਹੈ ਜਿਹਦੀਆਂ ਪੰਜ ਅੱਖਾਂ ਹੁੰਦੀਆਂ ਨੇ ਪੰਜ ਅੱਖਾਂ ਹੁੰਦੀਆਂ ਪਤਾ ਨਹੀਂ ਯਾਰ ਉਹਦਾ ਨਹੀਂ ਪਤਾ ਕਈ ਬੰਦੇ ਵੀ ਜਾਂਦੇ ਨੇ ਨਾ ਤੇ ਮੈਂ ਤੈਨੂੰ ਵੇਖਣ ਡਿਆ ਮੇਰੀਆਂ ਚਾਰ ਅੱਖਾਂ ਨੇ ਉਹ ਉਹਦੀਆਂ ਹੁੰਦੀਆਂ ਹੋਣੀਆਂ ਅਸੀਂ ਤੇ ਨਹੀਂ ਵੇਖਿਆ ਅੱਜ ਤੱਕ ਕਿਸੇ ਦੀਆਂ ਚਾਰ ਜਾਨਵਰ ਵੀ ਹੈ ਜਿਹਦੀਆਂ ਪੰਜ ਨੇ ਜਾਨਵਰ ਦਾ ਨਹੀਂ ਪਤਾ ਲਿਆਓ ਭਾਅ ਜੀ ਚੱਲ ਖੋਲ ਖੁੱਲ ਜਾਂ ਤੈਨੂੰ ਪੈਸਿਆਂ ਦੀ ਪਈ ਹੈ ਮੈਂ ਤੇਰੇ ਕੱਲ ਪੈਸੇ ਕਿਆ ਕਮਾਉਣਾ ਹੈ ਔਰ ਕੀ ਕਰਨਾ ਰਕਸ਼ੇ ਦੇ ਕਿੰਨੇ ਟਾਇਰ ਨੇ ਰਕਸ਼ੇ ਦੇ ਤਿੰਨ ਟਾਇਰ ਨੇ ਕਿਉਂ ਤਿੰਨ ਹੁੰਦੇ ਇਹ ਬਸ ਨੂੰ ਲਾਏ ਉਹਨਾਂ ਤਿੰਨ ਨੇ ਹਾਂਜੀ ਲਾਏ ਤਿੰਨ ਨੇ ਉਹਨਾਂ ਨਹੀਂ ਇਹਦੇ ਤਿੰਨ ਟਾਇਰ ਕਿਉਂ ਹੁੰਦੇ ਛੋਟੀ ਗੱਡੀ ਹੈ ਨਾ ਇਹਨਾਂ ਨੇ ਤਿੰਨ ਟਾਇਰ ਲਾ ਕੇ ਸਵਾਰੀਆਂ ਨੂੰ ਗੱਡੀ ਬਣਾ ਦਿੱਤੀ ਕਿਹੜੀ ਚੀਜ਼ ਹੈ ਜਿਹਦੇ ਨਹੀਂ ਹੁੰਦੇ ਚੀਜ਼ਾਂ ਦੇ ਨਹੀਂ ਹੁੰਦੇ ਟਾਇਰ ਟਾਇਰ ਤਾਂ ਟ੍ਰੇਨ ਦੇ ਵੀ ਨਹੀਂ ਹੁੰਦੇ ਕਿਹੜੀ ਚੀਜ਼ ਹੈ ਜਿਹਦੇ ਨਹੀਂ ਹੁੰਦੇ ਟਾਇਰ ਕਿਹੜੀ ਚੀਜ਼ ਨਹੀਂ ਹੁੰਦੇ ਜਿਹੜੀ ਖਰਾਬ ਗੱਡੀ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਦਾ ਤੁਹਾਡੇ ਕੋ ਨਾਲ ਤੁਹਾਨੂੰ ਪੁੱਛਣਾ ਨਾ ਉਹ ਕਿਹੜੀ ਚੀਜ਼ ਹੈ ਕੌਣ ਮੇਰੀ ਬੀਵੀ ਹੈ ਹੋਰ ਕੌਣ ਉਹ ਤੁਹਾਡੀ ਬੀਵੀ ਆਦੋ ਮੇਰੀ ਬੀਵੀ ਹੈ ਨਾ ਕਿਹੜੀ ਦੋਨੇ ਦਿੱਤੀ ਹੈ ਤੁਹਾਡੀ ਬੀਵੀ ਆ ਨਹੀਂ ਆਹ ਤਾਂ ਗੱਡੀ ਹੈ ਮੇਰੇ ਕੋਲ ਜੀ
ਮੈਂ ਪੁੱਛਿਆ ਉਹ ਕਿਹੜੀ ਚੀਜ਼ ਹੈ ਉਹ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਹੈ ਕਾਰ ਹੈ ਮੇਰੇ ਕੋਲ ਜੀ ਭਾਈ ਕੀ ਕਰਦੇ ਪਏ ਹੋ ਹਾਂਜੀ ਸੁੱਤੇ ਹੋ ਨਹੀਂ ਨੀਂਦਰਾਂ ਆਂਡੇ ਹੀ ਆਂਡੀ ਅੱਖਾਂ ਖੋਲੋ ਮੂੰਹ ਚ ਧੋਵੋ ਤੁਹਾਡੀ ਤਬੀਅਤ ਫਰੈਸ਼ ਹੋਏ ਫਾਰਗ ਹੋ ਗਏ ਭਾਈ ਉਹ ਸਾਈਡ ਤੇ ਜਾਣਾ ਜ਼ਰਾ ਉੱਧਰ ਨਹੀਂ ਜਾਣਾ ਕੰਮ ਕਰਨਾ ਕੀ ਕਰਨਾ ਜੇ ਜਾਓਗੇ ਟੁਰ ਜਾਏਗਾ ਉੱਥੇ ਕੀ ਕਰਨਾ ਉਹ ਭਾਈ ਧੱਕਾ ਹੀ ਦੇਣਾ ਮੈਂ ਹੋਰ ਕੀ ਕਰਨਾ ਇਹਦਾ ਇੱਥੇ ਨਹੀਂ ਰੋ ਉੱਥੇ ਜਾ ਕੇ ਧੱਕਾ ਦੇ ਜਾਣਾ ਗੱਲ ਖਤਮ ਭਾਵ ਰਹਿਣਾ ਮੂੰਹ ਇੰਝ ਜਿਵੇਂ ਖੁਸਰਿਆਂ ਦਾ ਹੋਟਲ ਹੁੰਦਾ ਕਿਹੜੇ ਭਾਅ ਦਾ ਮੇਰਾ ਇਹ ਭਾਈ ਤੰਦੂਰ ਤੇ ਬਹਿ ਕੇ ਧੋਈ ਜਾਏ ਮੈਂ ਕਿਹਾ ਕੀ ਹੋਏ ਕਹਿੰਦਾ ਮੇਰੇ ਕੋਲ ਤੰਦੂਰ 'ਚ ਪਾਣੀ ਪਾ ਇਹ ਗਟਰ 'ਚ ਵੜਿਆ ਮੈਂ ਇਹਨੂੰ ਕਿਹਾ ਭਾਈ ਹੱਥ ਫੜਾ ਕਹਿੰਦਾ ਮੈਨੂੰ ਸ਼ੈਂਪੂ ਫੜਾ ਅੱਛਾ ਇਹ ਭਾਅ ਇੱਕ ਦਿਨ ਰਿਕਸ਼ੇ 'ਚ ਬੈਠਾ ਇੱਕ ਦਰਵਾਜ਼ੇ 'ਚੋਂ ਨਿਕਲ ਕੇ ਦੂਜੇ 'ਚ ਬਾਹਰ ਨਿਕਲਿਆ ਵੇਖ ਕਹਿੰਦਾ ਓਏ ਮੇਰੀ ਤਾਂ ਦੁਨੀਆ ਬਦਲ ਗਈ ਇੱਕ ਸਵਾਲ ਦਾ ਜਵਾਬ ਤਾਂ ਦਿਓ ਜੀ ਜੀ ਉਹ ਕਿਹੜੀ ਚੀਜ਼ ਹੈ ਜਿਹਦੀਆਂ ਪੰਜ ਅੱਖਾਂ ਹੁੰਦੀਆਂ ਨੇ ਨਹੀਂ ਪਤਾ ਸਰ ਨਹੀਂ ਯਾਰ ਪਤਾ ਤਾਂ ਕਰੋ ਭਾਅ ਪੰਜ ਅੱਖਾਂ ਹੁੰਦੇ ਨੇ ਆਹ ਤੁਹਾਡੇ ਗੱਡੀ ਦੀਆਂ ਪੰਜ ਅੱਖਾਂ ਹੋ ਸਕਦੀਆਂ ਨੇ ਸ਼ੀਸ਼ੇ ਜਾਨਵਰ ਭਾਣ ਗੁੱਸਾ ਨੀ ਕਰਨਾ ਘਰੋਂ ਬਹੁਤ ਤੰਗ ਨੇ ਬਿਲਕੁਲ ਮਕਾਨ ਛੋਟਾ ਪਿਆਰ ਪਿਆਰ ਮਕਾਨ ਆਹੋ ਮਕਾਨ ਛੋਟਾ ਤੰਦੂਰ ਛੋਟਾ ਭੈਣ ਚੱਲੀ ਖਾ ਲਓ ਉਹ ਖਾ ਲਓ ਉਹਨਾਂ ਵੀ ਚੁੱਕੀ ਹੈ